ਮੈਂ ਕੁਮਾਰ ਅਮਿਤ, ਡਿਪਟੀ ਕਮਿਸ਼ਨਰ ਪਟਿਆਲਾ, ਸਾਰੇ ਪਟਿਆਲਾ ਵਾਸੀਆਂ ਨੂੰ ਕੁਝ ਅਪੀਲ ਕਰਨਾ ਚਾਹੁੰਦਾ ਅਤੇ ਨਾਲ ਦੇ ਨਾਲ ਮੈਂ ਇੱਕ ਟਰੱਸਟ ਵੀ ਤੁਹਾਨੂੰ ਦੇਣਾ ਚਾਹੁੰਦਾ ਕਿ ਕੋਈ ਵੀ ਪੈਨਿਕ ਕਰਨ ਦਾ ਕੋਈ ਲੋੜ ਨਹੀਂ ਹੈ। ਜਿਵੇਂ ਆਪਾਂ ਦੇਖ ਰਹੇ ਕੋਵਿਡ 2019 ਦੇ ਮੱਦੇਨਜ਼ਰ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਸੋਸ਼ਲ ਨੈਟਵਰਕਿੰਗ ਸਾਈਟ ਜਾਂ ਸੋਸ਼ਲ ਵੈਬਸਾਈਟ 'ਤੇ ਚੱਲਦੀ ਰਹਿੰਦੀਆਂ ਹੈਗੀਆਂ। ਕਾਇੰਡਲੀ ਸਾਰੇ ਪਟਿਆਲੇ ਵਾਲਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਹੈ ਔਰ ਮੈਂ ਅਪੀਲ ਵੀ ਕਰਦਾ, ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ। ਕੋਈ ਰਿਊਮਰ ਦੀ ਜਿਹੜੀ ਵੀ ਗੱਲ ਹੈਗੀ ਉਹਨਾਂ ਨੂੰ ਇਗਨੋਰ ਕਰੋ ਜੀ। ਜਿੰਨੇ ਵੀ ਪੰਜਾਬ ਸਰਕਾਰ ਅਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਾਂ ਸਿਵਲ ਸਰਜਨ ਪਟਿਆਲਾ ਵੱਲੋਂ ਐਡਵਾਈਜ਼ਰੀਜ਼ ਆ ਰਹੀ ਹੈ ਉਹਨਾਂ ਨੂੰ ਸੁਚੇਤ ਢੰਗ ਨਾਲ ਦੇਖੋ ਅਤੇ ਲੋਕਾਂ ਦੇ ਵਿਚਕਾਰ ਉਹਨੂੰ ਫੈਲਾਓ ਵੀ। ਮੈਂ ਸਾਰਿਆਂ ਨੂੰ ਇੱਕ ਦੋ ਔਰ ਅਪੀਲ ਕਰਨਾ ਚਾਹੁੰਦਾ ਜੀ ਕਿ ਕੋਈ ਵੀ ਅਨਨੈਸੈਸਰੀ ਟਰੈਵਲ ਨਾ ਕਰੋ, ਆਪਣੇ ਘਰੇ ਰਹੋ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੋ, 1 ਮੀਟਰ ਦਾ ਦਾਇਰਾ ਜਿਹੜਾ ਹੈਗਾ ਆਪਣਾ ਬਣਾ ਕੇ ਰੱਖੋ, ਕਿਸੇ ਨੂੰ ਆਉਣੇ ਨਾ ਦਿਓ, ਘਰੇ ਆਪਣੀ ਸਾਫ਼ ਸਫਾਈ ਰੱਖੋ, ਸਾਫ਼ ਸੁਥਰਾ ਖਾਣਾ ਖਾਓ, ਗਰਮ ਖਾਣਾ ਖਾਓ। ਜਿੰਨੇ ਵੀ ਆਪਣੇ ਬਜ਼ੁਰਗ ਹੈ 60 ਸਾਲ ਤੋਂ ਉੱਤੇ ਅਤੇ 10 ਸਾਲ ਤੋਂ ਛੋਟੇ ਜਿੰਨੇ ਵੀ ਆਪਣੇ ਬੱਚੇ, ਉਹਨਾਂ ਨੂੰ ਘਰੇ ਰੱਖੋ। ਇਹ 10 ਜਾਂ 15 ਦਿਨ ਦੀ ਗੱਲ ਹੈ ਜੀ। ਅਗਰ ਆਪਾਂ ਇਨ ਛੋਟੀ ਛੋਟੀ ਗੱਲਾਂ ਨੂੰ ਮੱਦੇ ਨਜ਼ਰ ਰੱਖ ਕੇ ਅਗਰ ਆਪਾਂ ਇਹਨਾਂ ਨੂੰ ਐਨਫੋਰਸ ਕਰ ਪਾਈਏ ਤਾਂ ਕਹੀਂ ਨਾ ਕਹੀਂ ਆਪਾਂ ਜਿਹੜਾ ਹੈ ਇਹਨੂੰ ਨਜਿੱਠਣ ਲਈ ਆਪਾਂ ਸਕਸੈਸਫੁਲ ਰਵਾਂਗੇ। ਐਜ਼ ਅ ਪਟਿਆਲਾ ਐਡਮਿਨਿਸਟ੍ਰੇਸ਼ਨ ਹੈਡ, ਆਈ ਐਮ ਵਿਦ ਯੂ ਐਂਡ ਆਈ ਐਮ ਅਸ਼ੋਰ ਯੂ ਵੀ ਐਜ਼ ਅ ਟੀਮ ਆਰ ਟੇਕਿੰਗ ਆਲ ਦੀ ਸਟੈਪਸ ਟੂ ਮੇਕ ਸ਼ੋਰ ਕਿਸੇ ਵੀ ਤਰ੍ਹਾਂ ਦੀ ਵੀ ਕੋਈ ਦਿੱਕਤ ਆਉਂਦੀ ਹੈ ਅਸੀਂ ਸਭ ਤੋਂ ਪਹਿਲੇ ਤੁਹਾਡੇ ਨਾਲ ਮੋੜਾ 'ਤੇ ਮੋੜਾ ਖੜੇ ਰਹੇਗੇ। ਥੈਂਕ ਯੂ।